ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਪਿਆਰੀ ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਜੀ ਨੇ ਮਹਾਨ ਰਹਿਮਤ ਕਿਰਪਾ ਦਇਆ ਕੀਤੀ ਹੈ ਜੋ ਅੱਜ ਹਾੜ ਦਾ ਮਹੀਨਾ ਆਰੰਭ ਹੋਇਆ ਹੈ। ਪਰਸੋਂ ਤੋਂ ਰੱਖੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਹਨ। ਹਾੜ ਦੇ ਮਹੀਨੇ ਦੀ ਸਫਲਤਾ ਵਾਸਤੇ ਅਰਦਾਸ ਹੋਈ ਹੈ। ਵੱਡੇ ਭਾਗਾਂ ਵਾਲੇ ਹਾਂ, ਇਸ ਘੋਰ ਕਲਯੁਗ ਦੇ ਸਮੇਂ ਅੰਦਰ ਘੋਰ ਕਲਯੁਗ ਦੇ ਅੰਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਮਿਲਿਆ ਹੈ। ਆਪ ਜੀ ਨੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਹੁਕਮਨਾਮੇ ਨੇ ਜਿਹੜੇ ਉਹ ਸਰਵਣ ਕੀਤੇ ਹਨ। ਜਿਤ ਪਾਰ ਬ੍ਰਹਮ ਚੇਤੇ ਆਇਆ ਸੋ ਘਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ। ਸੱਚੇ ਪਾਤਸ਼ਾਹ ਜੀ ਬਚਨ ਕੀਤਾ ਕਿ ਜਿਹੜੇ ਹਿਰਦੇ ਦੇ ਵਿੱਚ ਉਹ ਪ੍ਰਭੂ ਦਾ ਪਿਆਰ ਹੈ, ਜਿਸ ਨੂੰ ਪ੍ਰਭੂ ਚੇਤੇ ਆ ਜਾਂਦਾ, ਹਿਰਦੇ ਦੇ ਵਿੱਚ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਕਿ ਸੁਖ ਸਾਗਰ, ਸੁੱਖਾਂ ਦਾ ਸਾਗਰ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਭਾਵ ਕਿ ਨਾਮ ਜਪਣ ਨਾਲ, ਸਿਮਰਨ ਕਰਨ ਨਾਲ ਸਤਿਗੁਰੂ ਕਹਿੰਦੇ ਰੱਬ ਦਾ, ਪਰਮੇਸ਼ਰ ਦਾ ਬਸ ਜੀਵ ਨੂੰ ਚੇਤਾ ਆ ਜਾਵੇ, ਕਿਸੇ ਵੀ ਤਰ੍ਹਾਂ ਕਰਕੇ ਭਾਵੇਂ ਘਰ ਦੇ ਵਿੱਚ ਬੈਠ ਕੇ ਵੀ ਰੱਬ ਦਾ ਚੇਤਾ ਆ ਜਾਵੇ, ਹਿਰਦੇ ਦੇ ਅੰਦਰੋਂ ਅਤੇ ਸਤ ਸੰਗਤ ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਆਪਾਂ ਬੈਠੇ ਹਾਂ, ਇਸ ਤਰ੍ਹਾਂ ਉਹ ਪ੍ਰਭੂ ਚੇਤੇ ਆ ਜਾਵੇ, ਵਾਹਿਗੁਰੂ ਚੇਤੇ ਆ ਜਾਵੇ। ਅਤੇ ਸਤਿਗੁਰੂ ਕਹਿੰਦੇ ਉਸ ਜੀਵ ਨੂੰ ਸੁੱਖਾਂ ਦਾ ਸਾਗਰ ਮਿਲ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਜੋ ਹਾੜ ਦਾ ਮਹੀਨਾ ਆਰੰਭ ਹੋਇਆ ਹੈ, ਹਰ ਇੱਕ ਮਹੀਨੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਰੁੱਤ ਦੇ ਮੁਤਾਬਕ ਇਹ ਬਾਣੀ ਉਚਾਰਨ ਕੀਤੀ ਹੈ ਅਤੇ ਹਰ ਇੱਕ ਮਹੀਨੇ ਦੇ ਵਿੱਚ ਹੀ ਰੁੱਤ ਦੇ ਮੁਤਾਬਕ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕਰਕੇ ਜੀਵ ਨੂੰ ਸਮਝਾਉਣਾ ਕੀਤਾ ਹੈ ਕਿ ਜਿਵੇਂ ਹੁਣ ਤਪਸ਼ ਹੈ, ਗਰਮੀ ਹੈ, ਆਪ ਜੀ ਨੂੰ ਪਤਾ ਹੈ ਕਿ ਸਮਾਂ ਹੈ ਜਿਹੜਾ ਉਹ ਬਹੁਤ ਗਰਮੀ ਵਾਲਾ ਹੈ। ਹਾੜ ਦਾ ਮਹੀਨਾ ਆਰੰਭ ਹੋਇਆ ਅਤੇ ਸਤਿਗੁਰੂ ਕਹਿੰਦੇ ਨੇ ਅਸਾੜ ਤਪੰਦਾ ਤਿਸ ਲੱਗੇ, ਹਰ ਨਾ ਹੋ ਨਾ ਜਿੰਨਾ ਪਾਸ। ਸਤਿਗੁਰੂ ਕਹਿੰਦੇ ਹਾੜ ਦਾ ਮਹੀਨਾ ਬੜਾ ਤਪਣ ਵਾਲਾ ਹੈ, ਬੜਾ ਤਪਦਾ ਹੈ, ਬੜੀ ਗਰਮੀ ਇਹਦੇ ਵਿੱਚ।
ਪਰ ਸਤਿਗੁਰੂ ਕਹਿੰਦੇ ਕਿ ਉਹਨਾਂ ਵਾਸਤੇ ਹੈ ਜਿਹੜੇ ਪ੍ਰਭੂ ਦੇ ਕੋਲ ਕਦੇ ਨਹੀਂ ਆਏ, ਜਿਨ੍ਹਾਂ ਨੇ ਪਰਮੇਸ਼ਰ ਨੂੰ ਕਦੇ ਚੇਤੇ ਨਹੀਂ ਕੀਤਾ। ਕਹਿੰਦੇ ਇਹ ਗਰਮੀ ਉਹਨਾਂ ਨੂੰ ਪਾਉਂਦੀ ਹੈ, ਇੱਕ ਤਾਂ ਬਾਹਰ ਰੂਪੀ ਗਰਮੀ ਹੈ ਜਿਹੜੀ ਸਰੀਰ ਨੂੰ ਲੱਗਦੀ ਹੈ, ਪਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਅੰਦਰ ਦੀ ਜੜੀ ਜਿਹੜੇ ਤਪਦੇ ਨੇ ਅੰਦਰੋਂ ਭਾਵ ਕੇ ਰੁੱਖੇ ਨੇ, ਰੱਬ ਦੇ ਨਾਮ ਤੋਂ ਪਰਮੇਸ਼ਰ ਦੇ ਨਾਮ ਤੋਂ ਹੀਣੇ ਨੇ। ਸਤਿਗੁਰੂ ਕਹਿੰਦੇ ਉਹਨਾਂ ਦੇ ਹਿਰਦੇ ਤਪਦੇ ਨੇ, ਪਰ ਜਿਨ੍ਹਾਂ ਦੇ ਕੋਲ ਨਾ ਹੋ ਉਹ ਪਰਮਾਤਮਾ ਦਾ ਨਾਮ ਹੈ, ਉਹਦਾ ਸਿਮਰਨ ਹੈ। ਸਤਿਗੁਰੂ ਕਹਿੰਦੇ ਉਹਨਾਂ ਦਾ ਹਿਰਦਾ ਨਹੀਂ ਤਪਦਾ, ਅਸਾੜਤ ਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿਨ੍ਹਾਂ ਪਾਸ। ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਚੇਤੇ ਨਹੀਂ, ਜਿਹੜੇ ਪਰਮੇਸ਼ਰ ਨੂੰ ਕਦੇ ਚੇਤੇ ਨਹੀਂ ਕਰਦੇ, ਸਤਿਗੁਰੂ ਕਹਿੰਦੇ ਉਹ ਤਪਦੇ ਨੇ ਅਤੇ ਉਹਨਾਂ ਨੂੰ ਇਹ ਤਪਸ਼ ਹੋਰ ਵੀ ਜ਼ਿਆਦਾ ਲੱਗਦੀ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਸਤਿਗੁਰੂ ਜੀ ਕਹਿੰਦੇ ਉਹ ਜਗ ਜੀਵਨ ਦਾਤਾ, ਸਾਨੂੰ ਜੀਵਨ ਦੇਣ ਵਾਲਾ ਉਹ ਪਰਮੇਸ਼ਰ ਸਾਰੇ ਜੱਗ ਨੂੰ ਭਾਵ ਕੇ ਦਾਤਾ ਦੇਣ ਵਾਲਾ, ਜਦੋਂ ਇਹ ਜੀਵ ਉਸ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ, ਉਹਨੂੰ ਤਿਆਗ ਦਿੰਦਾ ਹੈ ਅਤੇ ਕਿਸੇ ਪੁਰਸ਼ ਦੀ ਕਿਸੇ ਬੰਦੇ ਦੀ ਆਸ ਰੱਖ ਲੈਂਦਾ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਕਹਿੰਦੇ ਕਿਸੇ ਬੰਦੇ ਦੀ ਆਸ ਤੱਕ ਲਈ ਅਤੇ ਸਤਿਗੁਰੂ ਕਹਿੰਦੇ ਫਿਰ ਕੀ ਹੋਵੇਗਾ, ਪਰਮੇਸ਼ੁਰ ਨੂੰ ਛੱਡ ਕੇ ਜੇ ਕਿਸੇ ਦੀ ਆਸ 'ਤੇ ਬੈਠਾ ਹੈ ਤਾਂ ਸਤਿਗੁਰੂ ਕਹਿੰਦੇ ਦੋਵੇਂ ਭਾਏ ਵੇ ਗੁੱਚੀ ਹੈ, ਗੱਲ ਪਈ ਸੋ ਜਮ ਕੀ ਫਾਸ। ਕਹਿੰਦੇ ਪਰਮੇਸ਼ੁਰ ਦਾ ਨਾਮ ਛੱਡ ਕੇ ਕਿਸੇ ਹੋਰ ਦੀ ਆਸ ਤਕਾ ਲਈ, ਹੋਰ 'ਤੇ ਆਸ ਰੱਖ ਲਈ ਰੱਬ ਦੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕਿ ਮੇਰਾ ਭਲਾ ਹੋ ਜਾਵੇਗਾ, ਸਤਿਗੁਰੂ ਕਹਿੰਦੇ ਨਹੀਂ। ਉਹਨੇ ਕਿਸੇ ਦੀ ਆਸ ਰੱਖੀ ਅਤੇ ਬਸ ਉਹਦੇ ਪੱਲੇ ਕੀ ਰਹਿ ਗਿਆ, ਸਤਿਗੁਰੂ ਕਹਿੰਦੇ ਵੇ ਗੁੱਚੀ ਹੈ ਅਤੇ ਹੋਵੇਗਾ ਕੀ। ਕਹਿਣ ਲੱਗੇ ਗੱਲ ਪਈ ਸੋ ਜਮ ਕੀ ਫਾਸ। ਕਹਿੰਦੇ ਰੱਬ ਪਰਮੇਸ਼ੁਰ ਵਾਹਿਗੁਰੂ ਤੋਂ ਬਿਨਾਂ ਆਸ ਰੱਖਣ ਵਾਲਾ, ਰੱਬ ਦੇ ਪਰਮੇਸ਼ੁਰ ਦੇ ਨਾਮ ਤੋਂ ਆਸ ਰੱਖਣ ਵਾਲਾ, ਕਹਿੰਦੇ ਉਹਦੇ ਗੱਲ ਦੇ ਵਿੱਚ ਫਾਹੀ ਜਮਾਂ ਦਾ ਜਿਹੜਾ ਫਾਇਆ ਹੈ ਫੰਦਾ ਹੈ ਉਹ ਪੈ ਜਾਵੇਗਾ। ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਕੁਦਰਤ ਦਾ ਨਿਯਮ ਹੈ ਕਿ ਮਨੁੱਖ ਨੇ ਜਿਹਾ ਬੀਜਦਾ ਹੈ ਭਾਵ ਜਿਹੋ ਜਿਹੇ ਕਰਮ ਕਰਦਾ ਹੈ, ਜਿਹੋ ਜਿਹੇ ਕਰਮ ਕਮਾ ਰਿਹਾ ਹੈ ਜਾਂ ਪਿੱਛੇ ਸਤਿਗੁਰੂ ਕਹਿੰਦੇ ਕਮਾ ਕੇ ਆਇਆ ਹੈ। ਮੱਥੇ ਜੋ ਲਿਖਿਆਸ, ਕਹਿੰਦੇ ਜੋ ਮੱਥੇ 'ਤੇ ਲਿਖਿਆ ਹੈ ਉਹਦੇ ਮੁਤਾਬਕ ਹੀ ਉਸ ਜੀਵ ਨੂੰ ਸੰਸਾਰ ਦੇ ਵਿੱਚ ਰਹਿਣਾ ਪੈਂਦਾ ਹੈ। ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਜਗ ਜੀਵਨ ਪੁਰਖ ਨੂੰ ਵਿਸਾਰਨ ਵਾਲਾ ਇਹ ਜੀਵ ਇਸਤਰੀ ਹੈ ਜਿਹੜੀ, ਕਹਿੰਦੇ ਸਾਰੀ ਜ਼ਿੰਦਗੀ ਹੀ ਉਹਦੇ ਇਕੱਲੇ ਇੱਕ ਜਿਉਂਦਿਆਂ ਵੀ ਪਛਤਾਵਾ ਹੀ ਰਹਿੰਦਾ ਹੈ।
ਉਹ ਪਛਤਾਉਂਦਾ ਹੀ ਰਹਿੰਦਾ ਕਿਉਂਕਿ ਪਰਮੇਸ਼ਰ ਰੱਬ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਸੰਗਤ ਨਹੀਂ ਕੀਤੀ। ਸਤਿਗੁਰੂ ਕਹਿੰਦੇ ਰਾਤ ਵੀ ਉਹਦੀ ਵਿਹਾਣੀ ਭਾਵ ਕਿ ਖਤਮ ਹੋ ਗਈ, ਉਹਦੇ ਇਕੱਲੇ ਪਛਤਾਵਾ ਰਹਿ ਗਿਆ। ਅਤੇ ਜਿਸ ਦਿਨ ਅੰਤ ਸਮਾਂ ਆਇਆ ਉੱਠ ਚੱਲੀ ਗਈ ਨਿਰਾਸ਼, ਕਹਿੰਦੇ ਸਾਰੀ ਜ਼ਿੰਦਗੀ ਪਛਤਾਵੇ ਦੇ ਵਿੱਚ ਰਹਿ ਗਈ। ਅਤੇ ਜਿਸ ਦਿਨ ਅੰਤ ਸਮਾਂ ਆਇਆ ਉਸ ਦਿਨ ਵੀ ਨਿਰਾਸ਼ ਹੋ ਕੇ ਇਹ ਦੁਨੀਆਂ ਦੇ ਵਿੱਚੋਂ ਚਲਾ ਗਿਆ। ਜਿਨ ਕਉ ਸਾਧੂ ਭੇਟੀਐ ਸੋ ਦਰਗੈ ਹੋਏ ਖਲਾਸ। ਸਤਿਗੁਰੂ ਕਹਿੰਦੇ ਜਿਹੜੇ ਬੰਦਿਆਂ ਨੂੰ, ਜਿਹੜੇ ਜੀਵਾਂ ਨੂੰ ਪ੍ਰਭੂ ਦਾ ਬਖਸ਼ਿਆ ਹੋਇਆ ਮਹਾਂਪੁਰਖ ਬੰਦਗੀ ਕਰਨ ਵਾਲਾ ਮਿਲ ਜਾਵੇ, ਉਹਦੇ ਨਾਲ ਮਿਲ ਕੇ ਉਹਦੀ ਸੰਗਤ ਵਿੱਚ ਬਹਿ ਕੇ, ਜਿਨ ਕੋ ਸਾਧੂ ਭੇਟੀਐ ਸੋ ਦਰਗੈ ਹੋਏ ਖਲਾਸ। ਸਤਿਗੁਰੂ ਕਹਿੰਦੇ ਉਹਦੇ ਦਰਸ਼ਨ ਕਰਕੇ, ਉਹਦੇ ਬਚਨ ਸੁਣ ਕੇ ਉਹ ਖਲਾਸ ਹੋ ਜਾਵੇਗਾ, ਭਾਵ ਕਿ ਉਹਦੀ ਜਮ੍ਹਾਂ ਵਾਲੀ ਜਿਹੜੀ ਫਾਹੀ ਹੈ ਉਹ ਕੱਟੀ ਜਾਵੇਗੀ। ਜਿਨ ਕੋ ਸਾਧੂ ਭੇਟੀਐ ਸੋ ਦਰਗੈ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ, ਕਿਰਪਾ ਕਰ, ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੈ। ਕਿਰਪਾ ਕਰ, ਰਹਿਮਤ ਕਰ, ਮੈਨੂੰ ਵੀ ਆਪਦੇ ਦਰ 'ਤੇ ਆਉਣ ਦਾ ਸਮਾਂ ਦੇ ਦੇ ਅਤੇ ਬੈਠ ਕੇ ਤੇਰੇ ਦਰਸ਼ਨ ਮੈਂ ਕਰ ਲਵਾਂ, ਮੈਨੂੰ ਜਿਹੜੀ ਪਿਆਸ ਲੱਗੀ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਪੰਜਵੇਂ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਪਰਮਾਤਮਾ ਤੇਰੇ ਤੋਂ ਬਿਨਾਂ, ਤੇਰੇ ਆਸਰੇ ਤੋਂ ਬਿਨਾਂ, ਤੇਰੇ ਭਰੋਸੇ ਤੋਂ ਬਿਨਾਂ ਹੋਰ ਕੋਈ ਨਹੀਂ, ਤੇਰੇ ਚਰਨਾਂ ਵਿੱਚ ਹੀ ਅਰਦਾਸ ਹੈ। ਦੀਨ ਦੁਨੀਆਂ ਦਾ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਸ਼ਾਂਤੀ ਦੇ ਪੁੰਜ ਐਡੀ ਵੱਡੀ ਬਖਸ਼ਿਸ਼ ਕੀਤੀ ਕਿ ਮੇਰੀ ਅਰਦਾਸ ਹੈ ਕਿ ਪਰਮਾਤਮਾ ਉਹ ਨਿਰੰਕਾਰ ਤੇਰੇ ਚਰਨਾਂ ਵਿੱਚ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਪਿੱਛੇ 2-4 ਦਿਨ ਲੰਘ ਕੇ ਗਏ ਨੇ, ਆਪ ਜੀ ਨੂੰ ਪਤਾ ਹੈ ਕਿ ਸੱਚੇ ਪਾਤਸ਼ਾਹ ਜੀ ਦਾ ਮਹਾਨ ਸ਼ਹੀਦੀ ਜਿਹੜਾ ਗੁਰਪੁਰਬ ਸੀ ਉਹ ਲੰਘ ਕੇ ਗਿਆ ਹੈ। ਇਸ ਸਮੇਂ ਦੇ ਅੰਦਰ, ਤਪਦੀ ਲੁਕਾਈ ਦੇ ਅੰਦਰ, ਇੰਨੀ ਗਰਮ ਇੰਨੀ ਤਪਸ਼ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਇੱਕ ਐਡਾ ਵੱਡਾ ਮਾਨ ਗੁਰਸਿੱਖਾਂ ਨੂੰ ਬਖਸ਼ਿਆ ਕਿ ਸਿੱਖਾ ਤੇਰੇ 'ਤੇ ਇੰਨੀ ਵੀ ਭੀੜ ਪੈ ਜਾਵੇ, ਇੰਨਾ ਵੀ ਸੰਕਟ ਆ ਜਾਵੇ ਅਤੇ ਆਪਦੇ ਮੁੱਖ ਦੇ ਵਿੱਚੋਂ ਕੀ ਬੋਲਣਾ, ਤੇਰਾ ਕੀਆ ਮਿੱਠਾ ਲਾਗੈ, ਹਰਨਾਮ ਪਦਾਰਥ ਨਾਨਕ ਮੰਗੈ। ਸੱਚੇ ਪਾਤਸ਼ਾਹ ਜੀ ਭਾਵੇਂ ਇੱਕ ਆਪਦੀ ਅੱਖ ਦੇ ਫੁਲਕਾਰ ਦੇ ਨਾਲ ਤਿੰਨਾਂ ਲੋਕਾਂ ਨੂੰ ਪਲਟ ਸਕਦੇ ਸਨ, ਇੰਨੀ ਸਮਰੱਥਾ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਬੰਦਿਆ ਇੰਨੀ ਸਮਰੱਥਾ ਵੀ ਆ ਜਾਵੇ, ਪਰ ਜਦੋਂ ਰੱਬ ਦੇ ਭਾਣੇ ਦੀ ਗੱਲ ਆਵੇ, ਪਰਮੇਸ਼ਰ ਦੇ ਭਾਣੇ ਦੀ ਗੱਲ ਆਵੇ ਤਾਂ ਉਹਨੂੰ ਕਿਵੇਂ ਮੰਨਣਾ ਹੈ।
ਆਪਦੇ ਅੰਦਰ ਸੋਚ ਵੀ ਸਕਦੇ ਅਤੇ ਉਹ ਦੁਨੀਆ ਪਲਟ ਸਕਦੀ ਸੀ, ਪਰ ਐਸਾ ਮਨ ਦੇ ਅੰਦਰ ਖਿਆਲ ਨਹੀਂ ਆਇਆ। ਤੱਤੀ ਤਵੀ 'ਤੇ ਬੈਠ ਗਏ, ਸਿਰ ਦੇ ਵਿੱਚ ਤੱਤੀ ਰੇਤਾ ਪਵਾ ਲਈ, ਸਰੀਰ 'ਤੇ ਇੰਨੇ ਕਸ਼ਟ ਲੈ ਲਏ, ਸਰੀਰ ਨੂੰ ਛਾਲਿਆਂ ਦੇ ਨਾਲ ਛੰਨੀ ਹੋ ਗਿਆ ਸਰੀਰ, ਪਰ ਫਿਰ ਵੀ ਪਰਮੇਸ਼ਰ ਉਹ ਵਾਹਿਗੁਰੂ ਨੂੰ ਆਪਦੇ ਮੁੱਖ ਦੇ ਵਿੱਚੋਂ ਇੱਕ ਵੀ ਤਾਨਾ ਨਹੀਂ ਦਿੱਤਾ। ਇੱਕ ਵਾਰੀ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਹਾ ਤੇ ਇਹੀ ਗੱਲ ਕਹੀ ਕਿ ਸੱਚੇ ਪਾਤਸ਼ਾਹ ਤੇਰਾ ਕੀਤਾ ਹੈ ਜੋ ਉਹ ਮਿੱਠਾ ਹੈ, ਜੋ ਵੀ ਤੂੰ ਕਰ ਰਿਹਾ ਹੈ ਪਰਮੇਸ਼ਰ ਵਾਹਿਗੁਰੂ, ਉਹ ਕਦੇ ਗਲਤ ਨਹੀਂ ਹੋ ਸਕਦਾ। ਇੰਨੀ ਸਮਰੱਥਾ ਦੇ ਮਾਲਕ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰਚਨਹਾਰੇ, ਜਿਨ੍ਹਾਂ ਨੇ ਐਡਾ ਵੱਡਾ ਇਹ ਅਥਾਹ ਸਮੁੰਦਰ ਜਿਹੜਾ ਰਚਿਆ ਕਿ ਇਹਦੇ ਵਿੱਚ ਕੋਈ ਵੀ ਜਿੱਡਾ ਮਰਜ਼ੀ ਵੱਡਾ ਪਾਪੀ ਚੁੱਭੀ ਲਾ ਕੇ ਅਤੇ ਆਪਣੇ ਸਾਰੇ ਪਾਪਾਂ ਨੂੰ ਖਤਮ ਕਰਕੇ ਕਈਆਂ ਜਨਮਾਂ ਦੇ ਜਿਹੜੇ ਪਾਪ ਨੇ ਉਹਨਾਂ ਨੂੰ ਇਹ ਸਮੁੰਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਚੁੱਭੀ ਲਾ ਕੇ ਉਹਨਾਂ ਦਾ ਨਾਸ਼ ਕਰ ਸਕਦਾ ਹੈ, ਉਹਨਾਂ ਨੂੰ ਖਤਮ ਕਰ ਸਕਦਾ ਹੈ। ਇੰਨੀ ਸਮਰੱਥਾ ਦੇ ਮਾਲਕ, ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਿ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਇਹ ਧਰਤੀ 'ਤੇ ਕੋਈ ਪਤਾ ਨਹੀਂ ਹਿੱਲ ਸਕਦਾ, ਅਤੇ ਤੇਰੇ ਚਰਨਾਂ ਵਿੱਚ ਹੀ ਅਰਦਾਸ ਹੈ। ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਸਤਿਗੁਰੂ ਕਹਿੰਦੇ ਹਾੜ੍ਹ ਦਾ ਮਹੀਨਾ ਉਹਨਾਂ ਦਾ ਸੁਹਾਵਣਾ ਹੈ, ਉਹਨਾਂ ਦਾ ਚੰਗਾ ਹੈ ਜਿਨ੍ਹਾਂ ਨੇ ਆਪਦੇ ਹਿਰਦੇ ਦੇ ਵਿੱਚ ਪ੍ਰਭੂ ਦੇ ਚਰਨ ਵਸਾ ਲਏ ਨੇ, ਭਾਵ ਕਿ ਪਰਮੇਸ਼ਰ ਨੂੰ ਸਭ ਕੁਝ ਜਾਣ ਲਿਆ ਕਿ ਮੇਰੇ ਅੰਦਰ ਵੀ ਪਰਮੇਸ਼ਰ ਹੈ, ਜੋ ਮੈਂ ਕਰਦਾ ਹਾਂ ਉਹ ਪਰਮੇਸ਼ਰ ਹੀ ਕਰਵਾ ਰਿਹਾ ਹੈ, ਜਿਹਦੇ ਅੰਦਰ ਦੀ ਐਸੀ ਸਮਰੱਥਾ ਬਣ ਜਾਂਦੀ। ਪਰ ਕਈ ਵਾਰੀ ਬੰਦਾ ਇਹ ਗੱਲ ਕਰਦਾ, ਬੰਦਾ ਪਾਪ ਕਰਦਾ ਹੈ ਅਤੇ ਕਹਿੰਦਾ ਹੈ ਪਰਮੇਸ਼ਰ ਜਿਵੇਂ ਕਰਾਉਂਦਾ ਹੈ ਉਵੇਂ ਜੀਵ ਕਰਦਾ ਹੈ, ਨਹੀਂ। ਅਤੇ ਜਦੋਂ ਪੁੰਨ ਕਰਦਾ ਜਾਂ ਨਾਮ ਜਪਣ ਬੈਠ ਜਾਂਦਾ ਅਤੇ ਫਿਰ ਕਹਿੰਦਾ ਕਿ ਇਹ ਮੇਰੀ ਚੰਗਿਆਈ ਹੈ, ਇਹ ਮੇਰੇ ਵਿੱਚ ਸਮਰੱਥਾ ਹੈ, ਨਹੀਂ। ਸੱਚੇ ਪਾਤਸ਼ਾਹ ਜੀ ਦੀ ਜੇ ਸਾਨੂੰ ਪਾਪ ਕਰਨ ਵਾਸਤੇ ਤੋਰਨ, ਤਾਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਬਾਣੀ ਦੇ ਵਿੱਚ ਇਹ ਬਚਨ ਨਾ ਕਰਦੇ ਕਿ ਜੀਵ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਨਾ ਕਹਿੰਦੇ। ਸਤਿਗੁਰੂ ਨੇ ਪਾਪਾਂ ਤੋਂ ਰੋਕਿਆ ਹੈ, ਬੰਦੇ ਨੂੰ ਬੁੱਧੀ ਦਿੱਤੀ ਏ, ਅਤੇ ਬੁੱਧੀ ਦੇ ਅਨੁਸਾਰ ਹੀ ਬੰਦਾ ਦੁਨੀਆਂ ਦੇ ਵਿੱਚ ਵਿਚਰਦਾ ਹੈ। ਜਿਹੜਾ ਇਹ ਗੱਲ ਬੰਦਾ ਕਹਿੰਦਾ ਹੈ ਕਿ ਪਰਮੇਸ਼ਰ ਜਿਵੇਂ ਕਰਾਉਂਦਾ ਹੈ ਉਵੇਂ ਹੀ ਹੁੰਦਾ ਹੈ, ਨਹੀਂ। ਜਦੋਂ ਬੰਦਾ ਪਾਗਲ ਹੋ ਜਾਂਦਾ ਹੈ, ਕੋਈ ਕਿਸੇ ਦੇ ਦਿਮਾਗ ਦੇ ਵਿੱਚ ਫਰਕ ਪੈ ਜਾਂਦਾ ਹੈ, ਅਤੇ ਫਿਰ ਆਮ ਹੀ ਬੰਦਾ ਆਪਣੇ ਵਰਗੇ ਸਾਰੇ ਗੱਲਾਂ ਕਰਦੇ ਨੇ
ਕਹਿੰਦੇ ਫਲਾਣੇ ਬੰਦੇ ਨੇ ਇਸ ਤਰ੍ਹਾਂ ਕਰ ਦਿੱਤਾ। ਕਹਿੰਦਾ ਛੱਡੋ ਦੀ ਗੱਲ। ਕਹਿੰਦੇ ਕਿਉਂ? ਕਿਉਂਕਿ ਉਹਦਾ ਤਾਂ ਵਿਚਾਰੇ ਦਾ ਦਿਮਾਗ ਨਹੀਂ ਕੰਮ ਕਰਦਾ। ਇਸ ਕਰਕੇ ਜਿੰਨਾ ਚਿਰ ਸਾਡੀ ਬੁੱਧੀ ਕੰਮ ਕਰਦੀ ਏ, ਸਾਨੂੰ ਸਮਰੱਥਾ ਦਿੱਤੀ ਏ, ਪਰਮੇਸ਼ਰ ਨੇ ਬੁੱਧੀ ਦਿੱਤੀ ਏ, ਅਤੇ ਬੁੱਧੀ ਦੇ ਨਾਲ ਸੋਚ ਕੇ ਬੰਦਾ ਗਲਤ ਅਤੇ ਚੰਗਾ ਕੰਮ ਹੈ ਜਿਹੜਾ ਇਹ ਬੰਦੇ ਨੂੰ ਪਤਾ ਹੈ। ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਕ ਬਚਨ ਨਹੀਂ, ਅਨੇਕਾਂ ਇਸ ਤਰ੍ਹਾਂ ਦੇ ਬਚਨ ਕਰਕੇ ਸਮਝਾਇਆ ਹੈ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਕਿ ਬੰਦਿਆ, ਤੇਰੇ ਮਨ ਨੂੰ ਸਾਰਾ ਪਤਾ ਹੈ ਕਿ ਪਾਪ ਕਿਹੜਾ ਹੈ, ਪੁੰਨ ਕਿਹੜਾ ਹੈ, ਤੂੰ ਸਾਰਾ ਕੁਝ ਜਾਣਦਾ ਹੋਇਆ ਵੀ ਜੇ ਉਸ ਪਾਪਾਂ ਦੀ ਖਾੜੀ ਦੇ ਵਿੱਚ ਡਿੱਗਣਾ ਹੈ ਤਾਂ ਫਿਰ ਸਤਿਗੁਰੂ ਕਹਿੰਦੇ ਇਹ ਤਾਂ ਫਿਰ ਤੇਰੀ ਮਰਜ਼ੀ ਹੈ। ਇਸ ਕਰਕੇ ਸਤਿਗੁਰੂ ਨੇ ਸੰਕੋਚਿਆ ਸਾਨੂੰ ਪਾਪਾਂ ਤੋਂ, ਭੈੜੇ ਕੰਮਾਂ ਤੋਂ। ਬਾਣੀ ਦੇ ਨਾਲ ਜਦੋਂ ਬੰਦਾ ਜੁੜ ਜਾਂਦਾ, ਧਿਆਨ ਰੱਖਿਓ, ਸਦਾ ਹੀ ਮਹਾਂਪੁਰਖਾਂ ਦੀ ਆਪਾਂ ਸੰਗਤ ਕਰਨ ਵਾਲੇ ਹਾਂ ਅਤੇ ਮਹਾਂਪੁਰਖ ਬਹੁਤੀ ਗੱਲ ਨਹੀਂ, ਜਦੋਂ ਵੀ ਕੋਈ ਗੱਲ ਕਰਦਾ ਅਤੇ ਸਤਿਗੁਰੂ ਬਾਬਾ ਜੀ ਇਹ ਬਚਨ ਕਰਦੇ ਨੇ ਕਿ ਨਾਮ ਜਪ ਸਿਮਰਨ ਕਰ। ਜਦੋਂ ਸਿਮਰਨ ਕਰੇਗਾ, ਬਾਣੀ ਪੜ੍ਹੇਗਾ ਅਤੇ ਪਾਪ ਤੇ ਸਾਰੇ ਨਸ਼ਟ ਹੋ ਜਾਣਗੇ, ਆਪੇ ਸਿੱਧੀ ਥਾਂ 'ਤੇ ਆ ਜਾਵੇਗਾ। ਨਹੀਂ ਤਾਂ ਗਲਤ ਕੰਮ ਕਰਨ ਵਾਲੇ ਨੂੰ ਰੋਕੋ, ਉਹ ਕਹਿੰਦਾ ਨਹੀਂ ਤੂੰ ਗਲਤ ਅਤੇ ਮੈਂ ਥੋੜ੍ਹੀ। ਕੋਈ ਰੋਕਿਆ ਰੋਕਦਾ ਨਹੀਂ, ਇਹ ਪਰਮੇਸ਼ਰ ਦਾ ਇੱਕ ਨਾਮ ਹੀ ਐਸਾ ਹੈ, ਉਹਦੀ ਬੰਦਗੀ ਹੀ ਐਸੀ ਹੈ। ਪਾਪੀ ਬੰਦਾ ਵੀ ਇਹਨੂੰ ਪੜ੍ਹਨ ਲੱਗ ਪਵੇ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਨੂੰ, ਅਤੇ ਇੱਕ ਦਿਨ ਉਹਦਾ ਵੀ ਮਨ ਬਦਲ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ। ਅੱਜ ਇਹ ਹਾੜ੍ਹ ਦਾ ਮਹੀਨਾ ਆਰੰਭ ਹੋਇਆ ਹੈ, ਪ੍ਰਵੇਸ਼ ਹੋਇਆ ਹੈ। ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ, ਬਾਣੀ ਦੇ ਨਾਲ ਜੁੜੀਏ, ਸੰਗਤ ਕਰੀਏ। ਜਦੋਂ ਇਸ ਤਰ੍ਹਾਂ ਸਮਾਂ ਮਿਲ ਜਾਵੇ, ਸੰਗਤ ਦੇ ਵਿੱਚ ਬੈਠ ਕੇ ਬੰਦੇ ਦੇ ਇੰਨੇ ਪੁੰਨ ਬਣਦੇ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ। ਇਸ ਕਰਕੇ ਇਹ ਉਪਰਾਲਾ ਹੈ ਹਰ ਮਹੀਨੇ ਮਹਾਂਪੁਰਖਾਂ ਵੱਲੋਂ, ਦੋ ਸ੍ਰੀ ਅਖੰਡ ਪਾਠ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਸ੍ਰੀ ਜਪਜੀ ਸਾਹਿਬ ਜੀ ਦੇ ਪਾਠ, ਉਪਰੰਤ ਮਹਾਂਪੁਰਖਾਂ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਕਿ ਜਿੰਨੀਆਂ ਵੀ ਸੰਗਤਾਂ ਜਿਹੜਾ ਜੀਵ ਪੁੱਜਿਆ ਹੈ, ਮਹਾਰਾਜ ਤੁਹਾਡੀ ਕਿਰਪਾ ਦਾ ਸਦਕਾ ਰਾਜ ਹੀ ਖੁਸ਼ੀ ਜਾਏ, ਖੁਸ਼ੀਆਂ ਬਖਸ਼ੋ। ਇਹ ਸਾਡੇ ਵਾਸਤੇ ਹੀ ਅਰਦਾਸ ਹੁੰਦੀ ਹੈ, ਅਸੀਂ ਬੈਠ ਕੇ ਇਹ ਲਾਹਾ ਲੈ ਲਈਏ ਫਰੀ ਦੇ ਵਿੱਚ। ਇਹਦੇ ਵਿੱਚ ਕੋਈ ਵੀ ਸਾਡਾ ਨਹੀਂ ਲੱਗਦਾ। ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।